ਈਸ਼ਾ ਮਾਲਵੀਆ ਸਮਰ ਦੇ ਨਾਲ ਅਭਿਸ਼ੇਕ ਦੇ ਲਈ ਝਗੜਦੇ ਹੋਏ ਦਿਖ ਰਹੇ ਨੇ। ਬਿਗ ਬੋਸ ਦਾ ਨਵਾਂ ਪ੍ਰੋਮੋ ਲਾਂਚ ਹੋਇਆ ਜਿਹਦੇ ਸਾਨੂੰ ਵੇਖਣ ਨੂੰ ਮਿਲਿਆ ਵੀ ਈਸ਼ਾ ਮਾਲਵੀਆ ਨੇ ਸਮਰ ਦੇ ਉੱਤੇ ਸਾਰੇ ਇਲਜ਼ਾਮ ਲਗਾ ਦਿੱਤੇ ਨੇ। ਜਿਹੜਾ ਵੀ ਇੰਸੀਡੈਂਟ ਲਾਸਟ ਐਪੀਸੋਡ 'ਚ ਸਾਨੂੰ ਵੇਖਣ ਨੂੰ ਮਿਲਿਆ ਜਿੱਥੇ ਅਭਿਸ਼ੇਕ ਕੁਮਾਰ ਨੇ ਸਮਰ ਜੁਰੈਲ ਨੂੰ ਥੱਪੜ ਮਾਰਿਆ ਸੀ, ਉਸ ਦਾ ਜਿੰਨਾ ਵੀ ਇਲਜ਼ਾਮ ਆ ਨਾ ਉਹ ਸਾਰਾ ਈਸ਼ਾ ਮਾਲਵੀਆ ਨੇ ਨਾ ਸਮਰਥ ਦੇ ਉੱਤੇ ਗਿਰਾ ਦਿੱਤਾ ਹੈ। ਵੈਲ ਕਾਫੀ ਜ਼ਿਆਦਾ ਲੋਕ ਇਹ ਕਹਿ ਰਹੇ ਨੇ ਵੀ ਸਮਰਥ ਅਤੇ ਈਸ਼ਾ ਦੋਹਾਂ ਦੀ ਬਹੁਤ ਹੀ ਜ਼ਿਆਦਾ ਇਹ ਗਲਤੀ ਸੀਗੀ ਵੀ ਉਹਨਾਂ ਨੇ ਇੰਨਾ ਜ਼ਿਆਦਾ ਉਹਨੂੰ ਪੋਕ ਕੀਤਾ ਵੀ ਉਹਦਾ ਇਹ ਰਿਐਕਸ਼ਨ ਜਿਹੜਾ ਆਇਆ ਸੀਗਾ। ਵੈਲ ਇਹ ਕਾਫੀ ਲੋਕ ਇਹ ਵੀ ਕਹਿ ਰਹੇ ਨੇ ਵੀ ਇਹ ਸ਼ਾਇਦ ਈਸ਼ਾ ਦੀ ਨਾ ਇੱਕ ਚਾਲ ਹੋ ਸਕਦੀ ਹੈ ਉਹਨੂੰ ਪੋਕ ਕਰਕੇ ਉਸ ਰਿਐਕਸ਼ਨ ਦੇ ਖਿਲਾਫ ਉਹ ਕਹਿ ਸਕਦੀ ਆ ਵੀ ਅਭਿਸ਼ੇਕ ਨੂੰ ਘਰ ਤੋਂ ਬਾਹਰ ਕੱਢ ਸਕਦੇ ਆ। ਵੈਲ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ। ਇਸੇ ਤਰ੍ਹਾਂ ਹੋਰ ਖਬਰ ਲਈ ਤੁਸੀਂ ਵੇਖਦੇ ਰਹੋ ABP ਸਾਂਝਾ।